ਅਜਬ ਅਰਨਾਏ ਜਾ ਰਹੇ ਹਾਂ ਬੋਲ ਸੰਗਮੇਸ਼ਵਰ ਮਹਾਰਾਜ ਕੀ ਜੈ। ਹਾਂਜੀ ਗਾਇਜ਼, ਅਸੀਂ ਅਰਨਾਏ ਪਹੁੰਚ ਗਏ, ਇਹ ਮੰਦਿਰ ਹੈ ਤੇ ਬੱਚੇ ਵੇਚ ਰਹੇ ਨੇ ਇੱਥੇ ਫੁੱਲ ਵਗੈਰਾ। ਲੰਗਰ ਖਾਣੇ ਭੋਲੇਨਾਥ ਦਾ, ਬਹੁਤ ਵਧੀਆ ਹੋ ਗਏ, ਤੁਸੀਂ ਦੱਸੋ। ਹੈਲੋ ਗਾਇਜ, ਵੈਲਕਮ ਟੂ ਮਾਈ ਨਿਊ ਵਲੌਗ, ਆਈ ਹੋਪ ਯੂ ਆਰ ਆਲ ਫਾਈਨ। ਤੇ ਦੋਸਤੋ ਅੱਜ ਅਰਨਾਏ ਜਾ ਰਹੇ ਹਾਂ, ਸ੍ਰੀ ਸੰਗਮੇਸ਼ਵਰ ਮਹਾਦੇਵ ਅਰਨਾਏ ਧਾਮ ਭੇਵੇ ਪੈਂਦਾ ਇਹ, ਤੇ ਜਾ ਰਿਹਾ ਫੈਮਿਲੀ ਨਾਲ ਆਪਣੇ ਮੈਂ, ਤੇ ਚਲੋ ਚੱਲਦੇ ਹਾਂ, ਤੁਹਾਨੂੰ ਦਿਖਾਊਂਗਾ ਸਾਰਾ ਮੈਂ ਜਿਵੇਂ ਹੋਊਗਾ ਸਾਡੀ ਜਰਨੀ ਰਹੇਗੀ। ਜੈ ਮਹਾਕਾਲ। ਹਾਂਜੀ ਗਾਇਜ਼, ਦੇਵੀਗੜ੍ਹ ਪਹੁੰਚ ਗਏ ਸੀ, ਅਰਨਾਏ ਜਾ ਰਹੇ ਸੀਗੇ। ਬੋਲ ਸੰਗਮੇਸ਼ਵਰ ਮਹਾਰਾਜ ਕੀ ਜੈ, ਭੋਲੇ ਭੰਡਾਰੀ ਕੀ ਜੈ, ਉਤਾਰਨ ਵਾਲੇ ਬਾਬਾ ਦੀ ਸਦਾ ਹੀ ਜੈ, ਸੰਗਮੇਸ਼ਵਰ ਮਹਾਦੇਵ ਕੀ ਜੈ। ਹਾਂਜੀ ਗਾਇਜ਼, ਪਹੁੰਚ ਗਏ ਅਰਨਾਏ, ਬਸ ਤੁਹਾਨੂੰ ਦਿਖਾਉਂਦੇ ਆ ਅੱਗੇ, ਇੱਧਰ ਦੀਦੀ ਬੈਠੇ ਆ, ਡੈਡੀ ਬੈਠੇ ਨੇ, ਬਸ ਅਸੀਂ ਪਹੁੰਚਣ ਵਾਲੇ ਆ ਮੰਦਿਰ, ਭਗਵਾਨ ਦੇ ਕਿਰਪਾ ਕਰੋ, ਤੰਦਰੁਸਤ ਰੱਖੋ ਸਾਰਿਆਂ ਨੂੰ, ਜਗ੍ਹਾ ਦੇ ਦੇ ਬਈ, ਅਸੀਂ ਮਲੋਹ ਤੋਂ ਚੱਲ ਕੇ ਆ ਗਏ। ਇੱਧਰ ਨੂੰ ਜਾਣਾ ਆਪਾਂ ਲੈਫਟ ਨੂੰ, ਲੋ ਜੀ ਭੇਡਾਂ ਆ ਗਈਆਂ। ਹਾਂਜੀ ਗਾਇਜ਼, ਅਸੀਂ ਅਰਨਾਏ ਪਹੁੰਚ ਗਏ, ਸ੍ਰੀ ਸੰਗਮੇਸ਼ਵਰ ਮਹਾਦੇਵ ਅਰਨਾਏ ਧਾਮ, ਤੇ ਇੱਧਰ ਗੱਡੀ ਲਈ ਹੈ ਪਿੱਛੇ ਆਪਣੀ ਆ ਰਹੀ, ਤੇ ਇੱਧਰ ਦੁਕਾਨਾਂ ਵਗੈਰਾ ਨੇ, ਆਪਾਂ ਹੁਣ ਅੰਦਰ ਚੱਲਦੇ ਹਾਂ, ਤੇ ਆ ਰਿਹਾ ਮੰਦਿਰ ਪਿੱਛੇ ਮੇਰੇ, ਔਰ ਇਹ ਪੋਜ਼ਿਟਿਵ ਵਾਈਬ ਬੜੀ ਆ ਰਹੀ ਹੈ, ਮਨ ਨੂੰ ਸ਼ਾਂਤੀ ਮਿਲ ਗਈ ਇੱਥੇ ਆ ਕੇ। ਹਰ ਹਰ ਮਹਾਦੇਵ, ਇਹ ਮੰਦਿਰ ਹੈ, ਇੱਧਰ ਸ਼ੋਪਸ ਨੇ, ਕੁਛ ਲੈ ਸਕਦੇ ਹਾਂ ਆਪਾਂ, ਤੇ ਇਹਦੇ ਸਾਹਮਣੇ ਪਾਰਕਿੰਗ ਹੈ, ਆਪਾਂ ਅੰਦਰ ਚੱਲਦੇ ਹਾਂ, ਬਸ ਮੰਦਿਰ ਦਿਖਾਉਣਾ ਤੁਹਾਨੂੰ ਮੈਂ। ਹਰ ਹਰ ਮਹਾਦੇਵ। ਤੇ ਬੱਚੇ ਵੇਚ ਰਹੇ ਨੇ ਇੱਥੇ ਫੁੱਲ ਵਗੈਰਾ, ਮੰਦਿਰ ਦੇ ਸਾਹਮਣੇ ਨੇ ਬਿਲਕੁਲ ਬੈਠੇ ਬੱਚੇ, ਕਾਫੀ ਸਮਾਨ ਮਿਲਦਾ। ਕੋਈ ਨੀ ਮੰਦਿਰ ਵੱਲ ਜਾ ਰਿਹਾ ਸੀ, ਬੰਬ ਬੰਬ ਬੋਲੇ। ਇੱਧਰ ਦੀਦੀ ਤੇ ਰੀਤੂ ਜਾ ਰਹੇ ਨੇ, ਦੀਦੀ ਹਰ ਹਰ ਮਹਾਦੇਵ। ਮੰਦਿਰ ਹੈ ਮੇਨ, ਗੜਵੇ ਚੱਕ ਲਓ, ਇਹ ਜਦ ਬਣ ਰਿਹਾ ਸੀ ਪਿਛਲੇ ਸਾਲ ਆਪਾਂ ਅਸੀਂ ਆਏ ਸੀ ਆਪਾਂ ਨਾ, ਹੁਣ ਵਧੀਆ ਹੋ ਗਿਆ ਸਾਰਾ, ਵਧੀਆ ਬਣ ਗਿਆ ਸੀ, ਇਹ ਸਾਰੇ ਧਾਮ ਸ਼ਿਵਜੀ ਦੇ ਬਣਾ ਦੇ ਇਹਨਾਂ ਨੇ, ਮੇਨ ਲਿਖ ਤੇ, ਮੈਂ ਦਿਖਾਉਂਦਾ ਇੱਕ ਮਿੰਟ ਜ਼ੂਮ ਕਰਕੇ, ਆਹ ਦੇਖੋ ਸਾਰੇ ਧਾਮ ਲਿਖਤੇ ਸ਼ਿਵਜੀ ਦੇ,
ਠੰਡਾ ਠੰਡਾ ਪਾਣੀ ਭਰ ਕੇ ਠੰਡਾ ਠੰਡਾ ਕੋਲੇ ਖਾਣ ਨਹੀਂ ਕੋਸਾ ਹੈ ਠੀਕ ਹੈ ਚਲੋ ਅਜੇ ਭਰੀਏ ਅਜੇ ਤੂੰ ਮਤਲਬ ਕਾਫੀ ਵੱਡਾ ਹੋ ਗਿਆ, ਕੰਸਟਰਕਸ਼ਨ ਹੋਈ ਆ ਬਹੁਤ ਜ਼ਿਆਦਾ। ਇੱਧਰ ਬਜਰੰਗ ਬਲੀ ਦੀ ਮੂਰਤੀ ਬਣਾਤੀ, ਬਹੁਤ ਵਧੀਆ ਬਣ ਗਿਆ ਮੰਦਰ। ਅਸੀਂ ਵਿਸ਼ਵਨਾਥ ਗੰਗੇ ਹਰ ਹਰ ਮਹਾਦੇਵ ਸ਼ੰਭੂ, ਕਾਸ਼ੀ ਵਿਸ਼ਵਨਾਥ ਗੰਗੇ, ਕਾਸ਼ੀ ਅਮਰਨਾਥ ਗੰਗੇ, ਕਾਸ਼ੀ ਵਿਸ਼ਵਨਾਥ ਗੰਗੇ। ਦੁੱਖ ਸ਼ਨਾ ਸਮਰਪਿਆ ਸ਼ੁੱਧ ਸ਼ਨਾ ਸ਼ੁੱਧ ਸ਼ਨਾ ਸਮਰਪਿਆ ਨੀ ਹੋਰੇ ਨਾ ਪੈਨ ਮੈਂ ਸ੍ਰੀ ਮਹਾਦੇਵ ਹੈ ਮੈਂ ਕਾਸ਼ੀ ਪਦੇਵ ਮੈਂ ਓਮ ਹਰੀ ਹੀ ਓਮਾ। ਪੂਜਾ ਕਰ ਰਹੇ ਸੀ ਸ਼ਿਵ ਜੀ ਜੀ ਦੀ। ਸੰਤ ਕਰਿਓ ਸੇਵਾ, ਜੈ ਗਣੇਸ਼ ਜੈ ਗਣੇਸ਼ ਜੈ ਗਣੇਸ਼ ਦੇਵਾ, ਇਕ ਦੰਤ ਦਇਆਵੰਤ ਚਾਰ ਭੁਜਾ ਧਾਰੀ, ਮਸਤਕ ਸਿੰਦੂਰ ਸੋਹੇ ਮੂਸੇ ਕੀ ਸਵਾਰੀ, ਜੈ ਗਣੇਸ਼ ਜੈ ਗਣੇਸ਼ ਜੈ ਗਣੇਸ਼ ਦੇਵਾ, ਮਾਤਾ ਜਗੀ ਪਾਰਵਤੀ ਪਿਤਾ ਮਾਰੇ ਜੀ। ਗਾਇਸ ਬਹੁਤ ਸੋਹਣੇ ਦਰਸ਼ਨ ਹੋ ਗਏ ਭਗਵਾਨ ਦੇ, ਤੇ ਪਹਿਲਾਂ ਕੰਸਟਰਕਸ਼ਨ ਚੱਲ ਰਹੀ ਸੀ ਪਿਛਲੇ ਸਾਲ ਜਦੋਂ ਆਏ ਸੀ, ਤੇ ਹੁਣ ਕੰਸਟਰਕਸ਼ਨ ਹੋ ਗਈ। ਮੰਦਰ ਪੂਰਾ ਰੈਨੋਵੇਟ ਹੋ ਰਿਹਾ ਸੀ ਨਾ ਪਹਿਲਾਂ, ਹੁਣ ਵਧੀਆ ਬਣ ਗਿਆ। ਦਰਸ਼ਨ ਬਹੁਤ ਵਧੀਆ ਹੋ ਗਏ ਭਗਵਾਨ ਦੇ। ਹਰ ਹਰ ਮਹਾਦੇਵ, ਇਹ ਮੇਨ ਮੰਦਰ ਹੈ ਭਗਵਾਨ ਜੀ ਦਾ, ਸ਼ਿਵ ਜੀ ਦਾ। ਇੱਧਰ ਸ਼ਿਵਲਿੰਗ, ਇੱਕ ਜਿਹੜੀ ਖੂਹ ਪੁਰਾਣਾ ਹੈ ਨਾ, ਕਿੰਨੇ ਸੋਹਣੇ ਰੂਪ ਨੇ ਮਾਤਾ ਦੇ, ਬਹੁਤ ਸੋਹਣੇ ਰੂਪ ਬਣਾਏ ਨੇ। ਕਾਲੀ ਮਾਤਾ ਦਾ ਰੂਪ ਬਣਾਇਆ ਵਧੀਆ, ਕਿਸੇ ਨੇ ਪਾਣੀ ਪਾਤਾ ਹੈ ਨਾ। ਲੱਡੂ ਗੋਪਾਲ ਬਹੁਤ ਬਹੁਤ ਅੱਛਾ ਰੂਪ, ਬਹੁਤ ਅੱਛਾ। ਦੀਦੀ ਸਾਫ਼ ਕਰ ਰਹੇ ਨੇ,
ਕ੍ਰਿਸ਼ਨ ਨੂੰ ਦੇਖ ਕੇ ਤਾਂ ਪਿਆਰ ਆਉਂਦਾ ਆਟੋਮੈਟਿਕਲੀ ਹੈ, ਪੱਕਾ ਆਉਂਦਾ ਸਭ ਨੂੰ। ਹਾਂ ਇੱਧਰ ਰਾਮ ਦਰਬਾਰ, ਰਾਮ ਦਰਬਾਰ, ਕਾਲੀ ਮਾਤਾ, ਇੱਧਰ ਵੀ ਮਾਤਾ। ਹਾਂਜੀ ਬਹੁਤ ਸੋਹਣੇ ਦਰਸ਼ਨ ਹੋ ਗਏ ਸ਼ਿਵਜੀ ਭਗਵਾਨ ਦੇ। ਹਾਂ ਇੱਧਰ ਵੀ ਉੱਪਰ ਬਣਾਇਆ ਨੰਦੀ ਬੈਲ ਜੀ, ਮੈਨੂੰ ਲੱਗਦਾ ਉੱਪਰ ਨੇ ਆ ਗਏ ਜੀ। ਲੰਗਰ ਹਾਲ ਹੈ ਮੰਦਰ ਦਾ, ਹਰ ਹਰ ਮਹਾਂਦੇਵ। ਮੇਰੇ ਭਾਂਡੇ ਲੱਗੇ ਇੱਧਰ, ਅੱਜ ਲੰਗਰ ਖਾਣੇ ਭੋਲੇਨਾਥ ਦਾ ਪ੍ਰਸ਼ਾਦ ਪ੍ਰਸ਼ਾਦ। ਲੰਗਰ ਖਾ ਰਹੇ ਸੀ ਦਾਲ ਚਾਵਲ ਔਰ ਫੁਲਕਾ, ਇੱਧਰ ਬੈਠੇ ਸੀਗੇ ਲੰਗਰ ਖਾ ਰਹੇ ਲੰਗਰ ਹਾਲ 'ਚ। ਗਣੇਸ਼ ਭਗਵਾਨ ਜੀ ਦਾ ਮੰਦਰ, ਗਣੇਸ਼ ਭਗਵਾਨ ਜੀ ਦਾ ਮੰਦਰ, ਗਣਪਤੇ ਨਮਾ। ਹਾਂਜੀ ਗਾਇਜ਼ ਮੱਥਾ ਟੇਕ ਲਿਆ ਅਤੇ ਬਾਹਰ ਖੜ੍ਹੇ ਸੀਗੇ ਹੁਣ, ਅਤੇ ਇੱਥੇ ਲੋਗੋ ਨਵਾਂ ਬਣਾਇਆ ਇੱਕ, ਆਈ ਲਵ ਸੰਗਮੇਸ਼ਵਰ ਧਾਮ। ਇਹ ਦੇਖੋ ਦੀਦੀ ਆ ਗਏ, ਦੇਖੋ ਠੰਡ ਵੀ ਹੈ ਇੰਜੋਏ ਵੀ ਹੈ। ਡੈਡੀ ਨੰਗੇ ਪਹਿਨੇ ਸੀ ਜਰਾਬਾਂ 'ਚ ਜੀ, ਕ੍ਰਿਸ਼ਨ ਜੀ ਨੇ ਗੋਵਰਧਨ ਪਰਬਤ ਚੱਕਿਆ ਸੀ ਉਹ ਸੀਨ। ਲਕੀਰੋਂ ਕੀ ਜ਼ਰੂਰਤ ਨੇ, ਦੀਦੀ ਖਾ ਰਹੇ ਭੋਗ ਬਰਫੀ, ਖੇਤੀ ਕਰਦੇ ਨਾ ਮੰਦਰ ਦੀ ਜਗ੍ਹਾ, ਇਹ ਖੇਤੀ ਕਰਦੇ ਨਾ। ਇੱਧਰ ਪਿੱਛੇ ਦੀਦੀ ਦੇ ਰਿਤੂ ਆ ਰਹੇ ਨੇ, ਬਹੁਤ ਵਧੀਆ ਦਰਸ਼ਨ ਹੋ ਗਏ ਭਗਵਾਨ ਦੇ ਨਾ, ਯੱਗ ਹੋ ਰਿਹਾ ਠੀਕ ਹੈ। ਹਾਂ ਪਾਲਕ ਮੰਮੀ ਨੂੰ ਬਹੁਤ ਪਸੰਦ ਸੀ ਨਾ, ਮੰਮੀ ਨੂੰ ਬਹੁਤ ਇਹ ਮੰਦਰ ਦੀ ਜਗ੍ਹਾ ਸਾਰੀ ਖੇਤੀ ਕਰਦੇ ਨੇ, ਮੈਂ ਹੁਣ ਸਬਜ਼ੀ ਸੁਬਜ਼ੀ ਇੱਥੋਂ ਬਣਾਉਂਦੇ ਹੋਣਗੇ ਫਿਰ ਨਾ। ਗੋਭੀ ਬਹੁਤ ਵਧੀਆ, ਅਤੇ ਗੋਭੀ ਇੱਧਰ ਪਾਲਕ ਵਗੈਰਾ ਪੇਂਟ ਹੋ ਰਿਹਾ ਮੰਦਰ ਨੂੰ, ਅਤੇ ਇੱਧਰ ਅਰਧਾਂਗਣੀ ਰੂਪ ਆ ਸ਼ਿਵਜੀ ਭਗਵਾਨ ਦਾ ਇਹ ਰਿਹਾ ਅਰਧਾਂਗਣੀ ਰੂਪ ਹੈ ਸ਼ਿਵ ਭਗਵਾਨ ਦਾ। ਇਹ ਲੋਕ ਘਰ ਬਣਾ ਕੇ ਜਾਂਦੇ ਨੇ ਹਨਾ, ਫਿਰ ਮੱਥਾ ਟੇਕਣ ਆਉਂਦੇ ਨੇ ਘਰ ਬਣਾ ਕੇ, ਕਈਆਂ ਨੇ ਤਾਂ ਇੱਕ ਮੰਜ਼ਿਲੇ ਬਣਾਇਆ ਵੀ ਇੱਕ ਚਵਾਰਾ ਬਣਦੇ ਹਨਾ, ਅਤੇ ਇੱਧਰ ਹਵਨ ਹੁੰਦਾ ਉਚਾਰਨ ਹੋ ਰਿਹਾ ਮੰਤਰਾਂ ਦਾ ਹਵਨ ਹੋ ਰਿਹਾ। ਬਹੁਤ ਵਧੀਆ ਦਰਸ਼ਨ ਹੋ ਗਏ ਭਗਵਾਨ ਦੇ, ਕਿਰਪਾ ਬਖਸ਼ਣ ਭਗਵਾਨ ਹਰ ਸਾਲ ਲੈ ਗਏ ਨਾ। ਭਗਵਾਨ ਦੇ ਬਹੁਤ ਵਧੀਆ ਹੋ ਗਏ, ਤੁਸੀਂ ਦੱਸੋ ਦਰਸ਼ਨ ਕਰ ਲੇ। ਜੈ ਤੁਲਸੀ ਮਈਆ ਕੀ, ਤੁਲਸੀ ਮਾਤਾ ਮੈਂ ਬਹੁਤ ਵਧੀਆ ਬਣਾਇਆ ਨਾ ਤੁਲਸੀ ਮਾਤਾ ਦਾ ਬਣਾਇਆ, ਸਹੀ ਗੱਲ ਆ। ਕੋਈ ਨਿਊ ਕਾਰ ਲੈ ਕੇ ਆਇਆ ਦਰਸ਼ਨ ਕਰਨ ਵਾਸਤੇ, ਮੇਨ ਦੁਆਰਾ। ਹਾਂਜੀ ਮੇਨ ਦੁਆਰਾ ਬਣਾਉਂਦਾ ਤੇ ਕੁਦਰ ਉਹ ਬੰਦਾ ਪਲਾ ਮੇਨ, ਯਾਨੀ ਕੀ ਹੈ ਅਸੀਂ ਇੱਧਰ ਵੀ ਗਏ ਸੀਗੇ ਜਾ ਕੇ ਦਿਖਾਤਾ ਸੀ। ਹਾਂਜੀ ਇੱਕ
ਇਧਰ ਸਰੋਵਰ ਆ ਨਾ, ਸਰੋਵਰ ਬਟ ਹਜੇ ਪਾਣੀ ਨੀ ਹੈਗਾ ਉਹਦੇ ਵਿੱਚ। ਕਿੱਦਾਂ ਲੱਗਿਆ ਤੁਹਾਨੂੰ ਦਰਸ਼ਨ ਕਰਕੇ? ਸ਼ਾਂਤੀ ਮਿਲਦੀ ਮਨ ਨੂੰ ਨਾ। ਪਰ ਸਾਲ ਬਾਅਦ ਆਇਆ, ਇੱਕ ਸਾਲ ਬਾਅਦ ਆਇਆ, ਪੂਰੇ ਸਾਲ ਬਾਅਦ। ਮੈਂ ਤਾਂ ਬੜਾ ਵਧੀਆ ਲੱਗ ਰਿਹਾ, ਕਿੰਨਾ ਵਧੀਆ ਸਹੀ ਹੈ। ਆਹ ਦੇਖ ਕਿੰਨਾ ਵਧੀਆ ਬਣਾਇਆ ਇਹਨਾਂ ਨੇ, ਹੈ ਨਾ, ਕਮੇਟੀ ਨੇ ਬਹੁਤ ਵਧੀਆ ਬਣਾਇਆ।